ਅਮਰੀਕਾ ਵਿੱਚ ਪੰਜਾਬ ਦੇ ਨਾਲ ਸੰਬੰਧਤ ਇਲਾਕਾ ਕੁੱਪਕਲਾਂ ਦੇ ਇੱਕ ਹੋੜ ਲਾਲ ਜਸਨੂਰ ਸਿੰਘ ਔਲਖ ਸੜਕ ਖਾਸੇ ਦੌਰਾਨ ਦੁਨੀਆ ਤੋਂ ਹਮੇਸ਼ਾ ਲਈ ਰੁਕਸਤ ਹੋ ਗਿਆ ਜ਼ਲਾ ਮਲੇਰ ਕੋਟਲਾ ਦੇ ਇਲਾਕੇ ਕੁੱਪਕਲਾਂ ਦੇ ਅਮਰੀਕਾ ਗਏ ਨੌਜਵਾਨ ਜਸਨੂਰ ਸਿੰਘ ਔਲਖਤੀ ਸੜਕ ਖਾਸੇ ਦੌਰਾਨ ਹੋਈ ਮੌਤ ਦਾ ਸਮਾਚਾਰ ਮਿਲਨ ਦੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ ਜੋਬਨ ਰੁੱਤੇ ਤੁਰ ਗਿਆ ਉਕਤ ਨੌਜਵਾਨ 21 ਸਾਲਾਂ ਦਾ ਮਾਪੇ ਦਾ ਲਾਡਲਾ ਪੁੱਤਰ ਸੀ ਜੋ ਪੜ੍ਹਾਈ ਕਰਨ ਦੇ ਲਈ ਵਿਦੇਸ਼ ਗਿਆ ਸੀਗਾ ਤੇ ਹੁਣ ਟੈਕਨੀਸ਼ੀਅਨ ਬਣ ਗਿਆ ਸੀ ਪਿਛਲੇ ਦਿਨੀ ਉਸਨੇ ਗੱਡੀਆਂ ਦੇ ਈਵੈਂਟ ਤੇ ਵਿੱਚ ਮਿਡ-वेस्ट ਸਮਰ ਫੀਸਟ ਵਿੱਚ ਇਨਾਮ ਵੀ ਹਾਸਲ ਕੀਤਾ ਨੌਜਵਾਨ ਦੀ ਅਚਾਨਕ ਬੇਵਕਤੀ ਮੌਤ ਨੇ ਜਿੱਥੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਉੱਥੇ ਇਲਾਕੇ ਅੰਦਰ ਸੋਗ ਦੀ ਲਹਿਰ